ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਮੈਨੂੰ ਪਤਾ ਕਿ ਸਮੇਂ ਦਾ ਅਭਾਵ ਆ। ਕਵੀ ਇੱਕ ਲਿਖਦਾ ਕਿ ਰਹੀ ਵਾਸਤੇ ਘੱਟ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕਰਨੀ, ਕਿਵੇਂ ਨਾ ਸਕੀ ਰੋਗ ਅਟਕ ਜੋ ਪਾਈ ਭੰਨੀ, ਸਮਾਂ ਨਹੀਂ ਰੁਕਦਾ। ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਲਿਖਦੇ ਨੇ, ਕਹੋ ਕੁੰਟ ਕੋਨੇ ਵਿਖੇ ਭਾਜ ਬਾਚਨ ਸਭੇ ਸੀਸ ਕੇ ਸੰਗ ਸ੍ਰੀ ਕਾਲ ਨਾਚਨ। ਪਰ ਸਾਸ ਸੰਗਿਓ, ਅੱਜ ਅਸੀਂ ਉਸ ਮਹਾਨ ਸਤਿਗੁਰੂ ਨੂੰ ਯਾਦ ਕਰਨਾ ਹੈ, ਉਸ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਪੰਜਵੀਂ ਜੋਤ ਨੂੰ ਯਾਦ ਕਰਨਾ ਹੈ। ਸਭ ਗੱਜ ਕੇ ਆਖੋ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਮਥੁਰਾ ਭਗਤ ਲਿਖਦੇ ਨੇ ਕਿ ਜਬ ਲਉ ਨਹੀਂ ਭਾਗ ਲੀਲਾ ਰੁਦੈ, ਤਬ ਲਉ ਭ੍ਰਮਤੇ ਫਿਰਤੇ ਬਹੁ ਧਾਇਓ, ਕਲ ਘੋਰ ਸਮੁੰਦਰ ਮੈਂ ਬੂਢਤ ਥੇ, ਕਬ ਹੂ ਮਿਟਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਜਹੈ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ। ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਹਨੇ ਜਪ ਲਿਆ, ਜਿਹਨੇ ਧਿਆ ਲਿਆ, ਫਿਰ ਉਹਦੇ ਸੰਕਟ ਕਟੇ ਜਾਂਦੇ ਨੇ, ਉਹ ਗਰਭ ਜੋਨ ਦੇ ਵਿੱਚ ਨਹੀਂ ਆਉਂਦਾ। ਸਹਿਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਜਿਹਨਾਂ ਨੂੰ ਸ਼ਹੀਦਾਂ ਦੇ ਸਰਤਾਜ ਕਰਕੇ ਜਾਣਿਆ ਜਾਂਦਾ, ਸ਼ਾਂਤੀ ਦੇ ਪੁੰਜ, ਧਰਮ ਦੀ ਧੁਜਾ, ਬਾਣੀ ਦੇ ਬੋਹਿਤ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਦੋਤਰੇ ਨੇ। ਮਾਤਾ ਭਾਨੀ ਜੀ ਮਾਤਾ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੀਸਰੇ ਪਾਤਸ਼ਾਹ ਜੀ ਦੀ ਪੁੱਤਰੀ ਨੇ। ਛੋਟੇ ਜਿਹੇ ਨੇ ਜਦ ਪ੍ਰਕਾਸ਼ ਹੋਇਆ, ਨਾਨਾ ਗੁਰੂ ਅਮਰਦਾਸ ਜੀ ਨੇ ਗੋਦ ਵਿੱਚ ਚੱਕਿਆ ਤੇ ਸਹਿ ਸੁਭਾਏ ਬਚਨ ਕੀਤਾ, ਹੋਵੋਗੇ ਤੁਮ ਹੂ ਗੁਰ ਭਾਰੀ, ਕਿ ਤੁਸੀਂ ਬੜੇ ਵੱਡੇ ਪੁਰਖ ਹੋਵੋਗੇ, ਬੜੇ ਵੱਡੇ ਗੁਰੂ ਹੋਵੋਗੇ। ਇੱਕ ਸਾਲ ਦੇ ਹੋਏ ਨੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਮੰਜੇ ਤੇ ਬਰਾਜੇ ਹੋਏ ਨੇ, ਰੁੜਦੇ ਰੁੜਦੇ ਸਤਿਗੁਰਾਂ ਦੇ ਮੰਜੇ ਦੇ ਕੋਲ ਜਾ ਪਏ ਨੇ, ਰਿੜਦਿਆਂ ਰਿੜਦਿਆਂ ਸਤਿਗੁਰਾਂ ਦੇ ਮੰਜੇ ਦੇ ਪਾਵੇ ਨੂੰ ਹੱਥ ਪਾਇਆ ਤੇ ਜ਼ੋਰ ਦੀ ਹਾਲਾਤ ਆ, ਸਤਿਗੁਰੂ ਜੀ ਬਰਾਜੇ ਸੀ, ਸੱਚੇ ਪਾਤਸ਼ਾਹ ਜੀ ਦੇ ਨੇਤਰ ਖੁੱਲੇ। ਜਦ ਨੇਤਰ ਖੁੱਲੇ ਤੇ ਮਾਤਾ ਭਾਨੀ ਜੀ ਨੇ ਵੇਖਿਆ, ਫਟਾਫਟ ਭੱਜ ਕੇ ਰੁੜਦੇ ਜਾਂਦੇ ਬਾਲ ਅਰਜਨ ਨੂੰ ਫੜਿਆ, ਗੋਦੀ ਚੱਕਿਆ, ਸੱਚੇ ਪਾਤਸ਼ਾਹ ਬਚਨ ਕੀਤਾ, ਇਹ ਕੌਣ ਵੱਡ ਪੁਰਖ ਹੈ ਭਾਰੀ, ਦੂਸਰਾ ਬਚਨ ਸੀ, ਦੂਸਰਾ ਵਰ ਸੀ, ਕੌਣ ਵੱਡ ਪੁਰਖ ਹੈ ਭਾਰੀ, ਜਿਸ ਮੰਜੀ ਹਿਲਾਈ ਸਾਡੀ ਸਾਰੀ। ਮਾਤਾ ਜੀ ਨੇ ਅਰਜ ਕੀਤੀ ਹੱਥ ਜੋੜ ਕੇ, ਸੱਚੇ ਪਾਤਸ਼ਾਹ ਗਰੀਬ ਨਵਾਜ, ਦੋਤਾ ਆਇਆ ਦੋਤਾ। ਅਗਲਾ ਵਚਨ ਹੋ ਗਿਆ, ਅਗਲਾ ਵਰ ਹੋ ਗਿਆ, ਦੋਤਾ ਬਾਣੀ ਦਾ ਬੋਥਾ, ਬੋਥੇ ਤੋਂ ਭਾਵ ਹੈ ਜਹਾਜ਼, ਸਮੁੰਦਰੀ ਜਹਾਜ਼, ਇਹ ਬਾਣੀ ਦਾ ਬੋਹਿਥ ਹੈ, ਬਾਣੀ ਦਾ ਬੋਹਿਥਾ ਹੈ, ਬਾਣੀ ਦਾ ਗ੍ਰੰਥ ਹੈ, ਬਾਣੀ ਦਾ ਧੁਰਾ ਹੈ। ਸੱਚੇ ਪਾਤਸ਼ਾਹ ਜੀ ਨੇ ਵਰ ਦੇ ਦਿੱਤੇ, ਉਹ ਜੀ ਤੁਹਾਡੀ ਬਾਣੀ ਆਈ, ਉਹ ਜੀ ਤਿੰਨ ਸਗਲੀ ਚਿੰਤ ਮਿਟਾਈ, ਤਿੰਨ ਭਰਾ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ।
ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਆਪ ਜੀ ਦਾ ਬਰਾਦਰ ਭਾਵ ਹੋਇਆ ਗੋਇੰਦਵਾਲ ਵਿਖੇ। ਮਾਤਾ ਭਾਨੀ ਜੀ ਦੇ ਉਧਰੋਂ ਵੱਡੇ ਭਰਾ ਨੇ ਬਾਬਾ ਪ੍ਰਿਥੀ ਚੰਦ ਜੀ, ਫਿਰ ਨੇ ਬਾਬਾ ਮਹਾਂਦੇਵ ਜੀ, ਫਿਰ ਨੇ ਗੁਰੂ ਅਰਜਨ ਦੇਵ ਜੀ। ਜੈ ਸਿੰਘ ਹੁਣਾਂ ਨੇ ਬੜਾ ਮੇਰੇ ਵਾਸਤੇ ਇੱਕ ਦੌਰ ਸਲਾ ਦਿੱਤੇ ਸੀ, ਮੈਨੂੰ ਸੌਖਾ ਕਰ ਦਿੱਤਾ ਸੀ ਦੱਸਣਾ, ਇਤਿਹਾਸ ਦੱਸਣਾ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦੇ ਬੜੇ ਕਾਰਨ ਸਨ। ਉਹ ਕਾਰਨ ਸਭ ਤੋਂ ਪਹਿਲਾਂ ਘਰ ਚੋਂ ਹੀ ਪੈਦਾ ਹੁੰਦੇ ਨੇ, ਘਰ ਦੇ ਵਿੱਚੋਂ ਹੀ ਪੈਦਾ ਹੁੰਦੇ ਨੇ। ਜਿਹੜਾ ਕੋਈ ਗੁਣ ਹੁੰਦਾ ਨਾ, ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਪ੍ਰਬੰਧਨਾਂ 'ਚ ਆਉਂਦਾ ਕਿ ਫੁੱਲ ਦੇ ਆਲੇ ਦੁਆਲੇ ਹੀ ਕੰਢੇ ਹੁੰਦੇ ਨੇ। ਜਿਹਦੇ ਵਿੱਚ ਕੋਈ ਗੁਣ ਹੁੰਦਾ ਹੈ ਨਾ, ਉਹ ਗੁਣ ਹੀ ਕਈ ਵਾਰੀ ਸਾਡਾ ਦੁਸ਼ਮਣ ਬਣ ਜਾਂਦਾ ਹੈ। ਈਰਖਾ ਜਿਹੜੀ ਹੈ, ਸਾੜਾ ਜਿਹੜਾ ਹੈ, ਨਿੰਦਾ ਜਿਹੜੀ ਹੈ, ਇਹ ਵੱਡੇ ਵੱਡੇ ਘਰ ਤਬਾਹ ਕਰ ਦਿੰਦੀ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿੱਚ ਗੁਣ ਸੀ ਪਿਤਾ ਸਤਿਗੁਰੂ ਦਾ ਹੁਕਮ ਮੰਨਣਾ। ਜਦੋਂ ਦਾ ਸੰਸਾਰ ਚੱਲਿਆ ਹੈ, ਦੋ ਤਾਕਤਾਂ ਆਈਆਂ ਨੇ, ਦੋ ਤਾਕਤਾਂ ਚੱਲੀਆਂ ਨੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਬਚਨਾਂ 'ਚ ਲਿਖਦੇ ਨੇ, ਬਾਬੇ ਕੇ ਬਾਬਰ ਕੇ ਦੋ ਆਪ ਕਰੇ ਪਰਮੇਸ਼ਰ ਹੋਊ। ਇੱਕ ਬਾਬੇ ਕੇ ਨੇ, ਇੱਕ ਬਾਬਰ ਕੇ ਨੇ। ਬਾਬੇ ਕਿਆਂ ਨੇ ਪਿਆਰ ਦੇ ਨਾਲ ਭਜਨ ਕਰਕੇ, ਨਾਮ ਸਿਮਰਨ ਕਰਕੇ, ਚੰਗੇ ਗੁਣਾਂ ਕਰਕੇ ਸੰਸਾਰ ਨੂੰ ਜਿੱਤਣਾ ਦੱਸਿਆ, ਤੇ ਬਾਬਰ ਕਿਆਂ ਨੇ ਤਲਵਾਰ ਦੇ ਜ਼ੋਰ ਦੇ ਨਾਲ, ਤਲਵਾਰ ਦੇ ਜ਼ੋਰ ਦੇ ਨਾਲ ਜ਼ੁਲਮ ਕਰਕੇ ਸੰਸਾਰ ਦੇ ਉੱਤੇ ਕਾਬੂ ਪਾਉਣਾ ਦੱਸਿਆ ਹੈ। ਇਹ ਦੋਵੇਂ ਨਿਜ਼ਾਮ ਇਕੱਠੇ ਚੱਲੇ ਆਉਂਦੇ ਨੇ। ਪਰ ਸਾਹਿਬ ਲਿਖਦੇ ਨੇ, ਕੋਈ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਟੇ ਕਰ ਦਵਾਜਾ। ਇੱਕ ਕਵੀ ਲਿਖਦਾ ਹੈ, ਔਰ ਪਾਤਸ਼ਾਹੀ ਤੋਂ ਲੋਗਨ ਕੀ ਪਾਤਸ਼ਾਹੀ, ਪਾਤਸ਼ਾਹੋ ਮੈਂ ਪਾਤਸ਼ਾਹੀ, ਇੱਕ ਤੇਰੀ ਪਾਤਸ਼ਾਹੀ ਹੈ। ਔਰ ਇਹ ਪਾਤਸ਼ਾਹੀ ਨੂੰ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਕੀ ਲਿਖਦੇ ਨੇ, ਉਹ ਕਹਿੰਦੇ ਨੇ, ਕਵੀ ਨੇ ਤਖਤ ਤੇ ਬਹਿ ਕੇ ਨੇ ਸੱਚੇ ਪਾਤਸ਼ਾਹ ਬਣ ਦੇ, ਕਵੀ ਨੇ ਤਖਤ ਤੇ ਬਹਿ ਕੇ ਨੇ ਸੱਚੇ ਪਾਤਸ਼ਾਹ ਬਣ ਦੇ। ਜੋ ਲੋ ਮੱਥੇ ਤੇ ਬਣਦੀ ਹੈ
ਉਹ ਅਸਲੀ ਤਾਜ ਹੁੰਦੀ ਹੈ। ਪਾਤਸ਼ਾਹ ਸਾਹਿਬ ਕਹਿੰਦੇ ਨੇ ਜੋ ਲੋ ਮੱਥੇ ਤੇ ਪੜਦੀ ਹੈ ਉਹ ਅਸਲੀ ਤਾਜ ਹੁੰਦੀ ਹੈ। ਤਵੀ ਦੇ ਤਖਤ ਤੇ ਬਹਿ ਕੇ ਨਾਤੇ
ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਸੀਸ ਦੇ ਉੱਤੇ ਦਸਤਾਰ ਸਜਾਈ ਪ੍ਰਿਥੀ ਚੰਦ ਇੰਨਾ ਔਖਾ ਹੋਇਆ ਸਾਧ ਸੰਗਤ ਜੀ ਭਰੀ ਸਾਧ ਸੰਗਤ ਦੇ ਵਿੱਚ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਸਿਰ ਤੋਂ ਪੱਗ ਖੋਹ ਕੇ ਲੈ ਗਿਆ। ਸਤਿਗੁਰੂ ਜੀ ਨੇ ਦਸਤਾਰ ਸਜਾਈ ਸੀ, ਸਾਧ ਸੰਗਤ ਬੈਠੀ ਆ, ਸਿਰ ਤੋਂ ਦਸਤਾਰ ਖੋਹ ਕੇ ਲਾ ਲਈ, ਭੱਜ ਗਿਆ, ਬੜਾ ਅਵਾ ਤਵਾ ਬੋਲਿਆ, ਆਖਣ ਲੱਗਾ ਤੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੂੰ ਤੂੰ ਕਰਕੇ ਆਖਦਾ, ਕਹਿੰਦਾ ਤੂੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜ਼ਹਿਰ ਦੇ ਕੇ ਮਾਰਿਆ। ਸਤਿਗੁਰੂ ਜੀ ਕੋਈ ਵਚਨ ਨਾ ਕੀਤਾ। ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈ ਆ ਤਤ। ਸੱਚੇ ਪਾਤਸ਼ਾਹ ਆਖਿਆ ਕਿ ਜਿਹੜਾ ਨੀਵੇਂ ਰਹਿਣਾ ਹੈ ਨਾ, ਕਿਸੇ ਦੀ ਗੱਲ ਸੁਣ ਕੇ ਵੀ ਕੋਈ ਗੱਲ ਨਹੀਂ ਕਹਿਣੀ, ਇਹ ਬੜੀ ਵੱਡੀ ਤਾਕਤ ਹੈ। ਸਭ ਗੱਜ ਕੇ ਆਖੋ ਧੰਨ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਬੜੇ ਸਵਾਲ ਸੀ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਸੱਚੇ ਪਾਤਸ਼ਾਹ ਜੀ ਦੇ ਸਾਧ ਸੰਗਤ ਦੇ ਮਨ ਦੇ ਵਿੱਚ। ਸੱਚੇ ਪਾਤਸ਼ਾਹ ਜੀ ਨੇ ਚੁੱਪ ਦੀ ਸਮਾਧੀ ਲਾ ਕੇ ਸਾਰੇ ਸਵਾਲਾਂ ਦੇ ਜਵਾਬ ਦੇ ਦਿੱਤੇ। ਸਤਿਗੁਰੂ ਜਗਜੀਤ ਸਿੰਘ ਜੀ ਦੀ ਚੁੱਪ ਦੇ ਵਿੱਚੋਂ ਸਤਿਗੁਰੂ ਉਦੇ ਸਿੰਘ ਜੀ ਉਪਜੇ, ਚੁੱਪ ਦੇ ਵਿੱਚੋਂ ਸਵਾਲਾਂ ਦੇ ਜਵਾਬ ਸੀ। ਬਹੁਤਿਆਂ ਲੋਕਾਂ ਦੇ ਮਨਾਂ 'ਚ ਬੜੇ ਤਰ੍ਹਾਂ ਦੇ ਸਵਾਲ ਸੀ, ਬੜੇ ਤਰ੍ਹਾਂ ਦੇ ਸ਼ੰਕੇ ਸੀ, ਉਹ ਸ਼ੰਕੇ ਸਾਰੇ ਨਿਰਮਿਤ ਕਰ ਦਿੱਤੇ ਚੁੱਪ ਰਹਿ ਕੇ ਗੁਰੂ ਸੱਚੇ ਪਾਤਸ਼ਾਹ ਜੀ। ਸਾਹਿਬ ਕਹਿੰਦੇ ਹੁੰਦੇ ਸੀ ਜਿੱਥੇ ਬੋਲਣ ਹਾਰੀ ਹੈ ਉੱਥੇ ਚੰਗੀ ਚੁੱਪ। ਇੱਕ ਕਵੀ ਲਿਖਦਾ ਚੁੱਪ ਵਿੱਚ ਸ਼ਾਂਤੀ, ਗਿਆਨ ਵਾਲੀ ਗੰਗਾ ਹੈ। ਚੁੱਪ ਰਹਿਣ ਦੇ ਵਿੱਚ ਬੜੀ ਤਾਕਤ ਹੈ। ਸਮਾਂ, ਵਕਤ, ਸਾਰੀਆਂ ਗੱਲਾਂ ਦੇ ਜਵਾਬ ਬੋਲ ਕੇ ਨਹੀਂ ਦਿੱਤੇ ਜਾਂਦੇ ਸਾਧ ਸੰਗਤ ਜੀ, ਵਕਤ ਜਵਾਬ ਦਿੰਦਾ ਹੈ, ਸਮਾਂ ਜਵਾਬ ਦਿੰਦਾ ਹੈ, ਤੇ ਸਮਾਂ ਬਹੁਤ ਪ੍ਰਵਾਨ ਹੈ। ਅੱਗੇ ਹੁਣ ਪ੍ਰਿਥੀ ਚੰਦ ਨੂੰ ਪਤਾ ਲੱਗ ਗਿਆ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤਾਂ ਹੁਣ ਗੱਦੀ ਤੇ ਬੈਠ ਗਏ ਨੇ, ਮੇਰਾ ਹੁਣ ਕੋਈ ਬਸ ਨਹੀਂ ਚੱਲ ਸਕਦਾ। ਉਹਦੀ ਘਰਵਾਲੀ ਕਰਮੋ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਭਰਜਾਈ ਕਰਮੋ, ਉਹ ਕਹਿਣ ਲੱਗੀ ਤੂੰ ਫਿਕਰ ਨਾ ਕਰ, ਆਪਣਾ ਪੁੱਤਰ ਮਿਹਰਬਾਨ ਆ, ਇਹਨਾਂ ਨੇ ਤਾਂ ਘਰੇ ਕੋਈ ਔਲਾਦ ਹੀ ਹੈ ਜੀ। ਸੱਚੇ ਪਾਤਸ਼ਾਹ ਜੀ ਦੇ ਘਰੇ ਕੋਈ ਹਲੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਸੀ ਹੋਇਆ। ਉਹ ਤੂੰ ਚਿੰਤਾ ਨਾ ਕਰ, ਕੁਝ ਸਾਲ ਹੋਰ ਕੱਢ ਦੇ, ਕੁਝ ਖੜਾ ਖੜੂ ਤੇ ਮਾਰ ਦਿਆਂਗੇ, ਇਹਨਾਂ ਦੇ ਘਰੇ ਕਿਹੜਾ ਔਲਾਦ ਆ, ਜੇ ਤੈਨੂੰ ਗੱਦੀ ਨਹੀਂ ਮਿਲੀ ਤਾਂ ਮਿਹਰਬਾਨ ਨੂੰ ਮਿਲ ਜਾਣੀ ਆ। ਚਾਲਾਂ ਚਾਲ ਚਾਲਬਾਜ਼ੀਆਂ ਚੱਲ ਰਹੀਆਂ ਨੇ, ਚਾਲਬਾਜ਼ੀਆਂ ਚੱਲ ਰਹੀਆਂ ਨੇ। ਵਕਤ ਗੁਜ਼ਰਿਆ, ਸਮਾਂ ਹੋਇਆ, ਮਾਤਾ ਗੰਗਾ ਜੀ ਅਰਜ ਕੀਤੀ, ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰੋ, ਲੋਕਾਂ ਨੂੰ ਦਾਤਾਂ ਵੰਡਦੇ ਫਿਰਦੇ ਹੋ, ਸਾਡੇ ਘਰੇ ਵੀ ਕਿਰਪਾ ਕਰੋ ਕਿ ਪੁੱਤਰ ਹੋਵੇ, ਔਲਾਦ ਹੋਵੇ, ਵੰਸ਼ ਚੱਲੇ। ਸੱਚੇ ਪਾਤਸ਼ਾਹ ਨਿਰਮਾਣਤਾ ਦੀ ਮੂਰਤ, ਸਭ ਕੁਝ ਦੇਣ ਵਾਲੇ, ਸਾਰਿਆਂ ਨੂੰ ਦੇਣ ਵਾਲੇ, ਆਪਣੇ ਸਿੱਖ ਨੂੰ ਵਡਿਆਈ ਦਿੰਦੇ ਨੇ, ਕਹਿੰਦੇ ਨੇ ਸਾਡੇ ਕੋਲ ਕੁਝ ਨਹੀਂ, ਅਸੀਂ ਕੁਝ ਨਹੀਂ ਕਰ ਸਕਦੇ, ਜੋ ਵਰ ਦੇਣਾ ਹੈ, ਜੋ ਤੁਹਾਨੂੰ ਵਰ ਦੇਣਾ ਹੈ, ਵਰਦਾਨ ਦੇਣਾ ਹੈ, ਜਾਓ ਬਾਬਾ ਬੁੱਢਾ ਜੀ ਦੇ ਕੋਲ। ਬਾਬਾ ਬੁੱਢਾ ਜੀ ਦੇ ਕੋਲ ਜਿਸ ਤਰ੍ਹਾਂ ਜੈ ਸਿੰਘ ਜੀ ਨੇ ਦੱਸਿਆ ਕਿ ਬਾਬਾ ਬੁੱਢਾ ਜੀ ਜਦੋਂ ਮਾਤਾ ਜੀ ਦੀ ਸੇਵਾ ਤੋਂ ਪ੍ਰਸੰਨ ਹੋਏ ਨੇ ਤਾਂ ਫਿਰ ਪ੍ਰਸੰਨ ਹੋ ਕੇ ਤੇ ਪਿਆਜ਼ ਜਦੋਂ ਰੱਖਿਆ ਨਾ ਪ੍ਰਸ਼ਾਦਾ ਛਕਣ ਲੱਗੇ ਗੋਡੇ ਦੇ ਉੱਤੇ ਤੇ ਹੱਥ ਮਾਰ ਕੇ ਭੰਨਿਆ ਤੇ ਕਹਿਣ ਲੱਗੇ ਇੱਦਾਂ ਦਾ ਯੋਧਾ ਪ੍ਰਗਟ ਹੋਏਗਾ ਜਿਹੜਾ ਮੁਗਲਾਂ ਦੇ ਸਿਰ ਕਿਉਂ ਭੰਨੇਗਾ। ਪੰਜ ਪਿਆਲੇ ਪੰਜ ਪੀਰ ਛਠਵ ਪੀਰ ਬੈਠਾ ਗੁਰਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ। ਭਾਈ ਗੁਰਦਾਸ ਜੀ ਲਿਖਦੇ ਨੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸਾਹਿਬ ਇੱਕ ਬਾਣੀ ਦੀ ਦੁਕਤਾਰ ਇੱਕ ਸ਼ਬਦ ਉਚਾਰਨ ਕਰਦੇ ਨੇ, ਕਹਿੰਦੇ ਨੇ ਦਸੀ ਮਾਸੀ ਹੁਕਮ ਬਾਲਕ ਜਨਮ ਲਈਆ, ਮਿਟਿਆ ਸੋਗ ਮਹਾ ਅਨੰਦ ਥੀਆ, ਵਧੀ ਵੇਲ ਬਹੁ ਪੀੜੀ ਚਾਲੀ, ਧਰਮ ਕਲਾ ਹਰ ਬੰਦ ਵਾਲੀ, ਗੁਰੂ ਨਾਨਕ ਗੁੱਜੀ ਛੰਨੀ ਨਾਹੀ ਬਾਤ, ਗੁਰੂ ਨਾਨਕ ਸੁੱਖਾ ਕੀਨੀ ਦਾਤ।
ਕਹਿੰਦੇ ਨੇ ਗੁਰੂ ਨਾਨਕ ਨੇ ਕਿਰਪਾ ਕੀਤੀ ਹੈ, ਦਾਤ ਬਖਸ਼ੀ ਹੈ, ਬਖਸ਼ਿਸ਼ ਹੋਈ ਹੈ, ਉਹਦੀ ਕਿਰਪਾ ਦੇ ਨਾਲ ਵੇਲ ਵਧੀ ਹੈ, ਪੀੜ੍ਹੀ ਵਧੀ ਹੈ, ਉਹਦੀ ਕਿਰਪਾ ਹੀ ਹੈ। ਜੰਮਿਆ ਪੂਤ ਭਗਤ ਗੋਬਿੰਦ ਕਾ, ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ। ਹੁਣ ਪ੍ਰਿਥੀ ਚੰਦ ਦੀ ਛਾਤੀ ਤੇ ਫੇਰ ਸੱਪ ਲੇਟਣ ਲੱਗਿਆ ਵੀ ਕੰਮ ਕਿਤੇ ਖਰਾਬ ਹੋ ਗਿਆ। ਅਸੀਂ ਤਾਂ ਸਲਾਹ ਕਰੀ ਬੈਠੇ ਸੀ ਕਿ ਅਸੀਂ ਆਪਣੇ ਮੁੰਡੇ ਨੂੰ ਗੁਰੂ ਬਣਾਉਣਾ, ਇਹਨਾਂ ਦੇ ਘਰੇ ਹਰਗੋਬਿੰਦ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਇਹ ਤਾਂ ਕੰਮ ਖਰਾਬ ਹੋ ਗਿਆ। ਬੜੀ ਕੋਸ਼ਿਸ਼ ਕੀਤੀ, ਗੁਰੂ ਹਰਗੋਬਿੰਦ ਸਾਹਿਬ ਛੋਟੇ ਜਿਹੇ ਸੀ, ਇੱਕ ਮਾਦਰੀ ਨੂੰ ਭੇਜਿਆ ਪੈਸੇ ਦੇ ਕੇ ਕਿ ਜਾ ਤੂੰ ਜਾ ਕੇ ਸੱਪ ਦਾ ਤਮਾਸ਼ਾ ਵਿਖਾਣ, ਤੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਲਾਗੇ ਆਉਣਗੇ ਨਾ ਤੇ ਆਪਣੇ ਸੱਪ ਨੂੰ ਇਸ ਹਿਸਾਬ ਨਾਲ ਟ੍ਰੇਨ ਕਰਦੇ ਕਿ ਸੱਪ ਡੰਗ ਮਾਰ ਜਾਵੇ ਤੇ ਉਹਨਾਂ ਦਾ ਸਹਿਜ ਜ਼ਿਆਦਾ ਮਰ ਜਾਵੇ, ਗੁਰਿਆਈ ਫਿਰ ਸਾਡੇ ਕੋਲ ਆ। ਪਰ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਗੁਰੇ, ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਛੋਟੇ ਜਿਹੇ ਨੇ, ਖੇਡਦੇ ਨੇ, ਉਹ ਮਦਾਰੀ ਆਇਆ, ਮਦਾਰੀ ਨੂੰ ਸੱਪ ਲੜਾਉਣ, ਉਹਨੇ ਸੱਪ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਕੀ ਕੱਟਣਾ ਸੀ, ਮਦਾਰੀ ਨੂੰ ਕੱਟ ਲਿਆ, ਉਹ ਮਰ ਗਿਆ। ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਬੜਾ ਕੁਝ ਕੀਤਾ, ਉਹਦਾ ਕੋਈ ਬਸ ਨਹੀਂ ਚੱਲਿਆ। ਫਿਰ ਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਉਸੇ ਤਰ੍ਹਾਂ ਸਾਧ ਸੰਗਤ ਆਉਂਦੀ, ਸਤਿਗੁਰੂ ਜੀ ਨੇ ਕਿਰਪਾ ਕੀਤੀ, ਦਸਵੰਧ ਦੀ ਰੀਤੀ ਚਲਾਈ, ਦਸਵੰਧ ਦੀ ਪ੍ਰਥਾ ਚਲਾਈ, ਤਾਂ ਕਿ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਲੰਗਰ ਜਿੱਥੇ ਬਹੁਤ ਸਾਰੇ ਭੁੱਖਿਆਂ ਨੂੰ ਪ੍ਰਸ਼ਾਦਾ ਮਿਲਦਾ ਹੈ, ਠਾੜ ਮਿਲਦੀ ਹੈ, ਉੱਥੇ ਸਾਧ ਸੰਗਤ ਆ ਕੇ ਪ੍ਰਸ਼ਾਦਾ ਛਕ ਸਕੇ। ਹੁਣ ਕੰਮ ਦੂਸਰਾ ਸ਼ੁਰੂ ਹੋ ਗਿਆ, ਮਿਹਰਬਾਨ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦਾ ਆਪਾਂ ਉਪਦੇਸ਼ ਲਿਆ ਸੀ ਸ਼ਾਇਦ ਇਹਦੇ ਵਿੱਚ ਅੱਜ ਆਇਆ ਸੀ ਕਿ ਸਤਿਗੁਰ ਬਿਨਾਂ ਜਿਹੜੀ ਬਾਣੀ ਆ ਉਹ ਸਾਰੀ ਕੱਚੀ ਆ ਜਿਹੜੀ ਸਤਿਗੁਰੂ ਨੇ ਨਹੀਂ ਉਚਾਰੀ। ਸੁਣਦੇ ਕੱਚੇ ਕਹਿੰਦੇ, ਜਿਹੜੇ ਸੁਣਦੇ ਆ ਉਹ ਵੀ ਕੱਚੇ, ਜਿਹੜੇ ਬੋਲਦੇ ਆ ਉਹ ਵੀ ਕੱਚੇ, ਜਿਹੜੇ ਸੁਣਦੇ ਆ ਉਹ ਵੀ ਕੱਚੇ। ਸੱਚੇ ਪਾਤਸ਼ਾਹ ਆਖਿਆ ਕਿ ਇਹ ਤਾਂ ਬੜਾ ਕੰਮ ਖਰਾਬ ਆ। ਸਤਿਗੁਰੂ ਜੀ ਦੇ ਮਾਮੇ ਦੇ ਪੁੱਤਰ ਭਰਾ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਦੇਖੋ ਗੁਰੂ ਸਾਹਿਬ ਦੇ ਕਿੱਡੇ ਕਿੱਡੇ ਦਰਬਾਰ, ਧੰਨ ਬਾਬਾ ਬੁੱਢਾ ਜੀ, ਸਭ ਗੱਜ ਕੇ ਆਖੋ ਧੰਨ ਬਾਬਾ ਬੁੱਢਾ ਜੀ। ਛੋਟੇ ਜਿਹੇ ਸੀਗੇ ਜਦੋਂ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ, ਸਤਿਗੁਰਾਂ ਦੇ ਦਰਸ਼ਨ ਕੀਤੇ ਤੇ ਸੱਚੇ ਪਾਤਸ਼ਾਹ ਜੀ ਨੇ ਦੇਖਿਆ, ਭਜਨ ਬਲਾਸ ਕੀਤੇ, ਬੜੇ ਚੁਸਤ ਚਲਾਕ ਸਨ, ਬੜਾ ਅਧੀਨਗੀ ਸੀ, ਸਤਿਕਾਰ ਸੀ ਵੱਡਿਆਂ ਪ੍ਰਤੀ। ਆਖਿਆ ਤੂੰ ਤਾਂ ਬੁੱਢਾ ਹੈ ਵੀ, ਤੂੰ ਬੱਚਾ ਨਹੀਂ, ਤੇਰੇ ਤਾਂ ਬੁੱਢਿਆਂ ਵਾਲੀਆਂ ਗੁਣ ਨੇ, ਬਜ਼ੁਰਗਾਂ ਵਾਲੇ ਗੁਣ ਨੇ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਾਹਿਬ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਪੰਜ ਗੁਰੂ ਸਾਹਿਬਾਨਾਂ ਨੂੰ ਤਿਲਕ ਦਿੱਤਾ ਬਾਬਾ ਬੁੱਢਾ ਜੀ ਨੇ। ਬਾਬਾ ਬੁੱਢਾ ਜੀ ਦੇ ਨਾਲ ਸਤਿਗੁਰਾਂ ਨੇ ਸਲਾਹ ਕੀਤੀ ਕਿ ਭਾਈ ਬੜਾ ਮਾੜਾ ਕੰਮ ਹੋ ਰਿਹਾ, ਸ਼ਾਇਦ ਦੀ ਬਾਣੀ ਨੂੰ ਮਿਹਰਬਾਨ ਆਪਣਾ ਨਾਮ ਲੈ ਲੈ ਕੇ ਜੋੜੀ ਜਾ ਰਿਹਾ, ਆਪਣਾ ਨਾਮ ਲਾ ਲਾ ਕੇ, ਗੁਰੂ ਸਾਹਿਬ ਦਾ ਨਾਮ ਲਾ ਕੇ ਆਪਣੀ ਬਾਣੀ ਚਾ ਰਿਹਾ ਤੇ ਲੋਕਾਂ ਵਿੱਚ ਭਰਮ ਪੈਦਾ ਕਰ ਰਿਹਾ ਗੁਰੂ ਨਾਨਕ ਦੀ ਬਾਣੀ ਨੂੰ। ਅੱਜ ਵੀ ਬਹੁਤ ਸਾਰੇ ਐਸੇ ਸ਼ਬਦ ਨੇ ਜਿਹੜੇ ਪ੍ਰਚਲਿਤ ਨੇ, ਜਿਹੜੇ ਆਪਾਂ ਟਰੱਕਾਂ ਤੇ ਬੱਸਾਂ ਤੇ ਲਿਖੇ ਇੰਡੀਆ 'ਚ ਪੜ੍ਹਦੇ ਹਾਂ ਜਾਂ ਲੋਕ ਲਿਖ ਦਿੰਦੇ ਨੇ, ਨਾਨਕ ਨੀਵਾ ਜੋ ਚੱਲੇ ਲੱਗੇ ਨਾ ਤੱਤੀ ਵਾਓ, ਇਹ ਗੁਰੂ ਨਾਨਕ ਦੀ ਬਾਣੀ ਨਹੀਂ, ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈਗਾ। ਐਸੀਆਂ ਬਹੁਤ ਸਾਰੀਆਂ ਹੋਰ ਤੁਕਾਂ ਨੇ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਨਾਲ ਸਲਾਹ ਕਰਕੇ, ਭਾਈ ਗੁਰਦਾਸ ਜੀ ਦੇ ਨਾਲ ਸਲਾਹ ਕਰਕੇ ਸੰਸਾਰ ਨੂੰ ਇੱਕ ਜੋਤ ਦੇਣੀ ਸੀ, ਜਿਹੜਾ ਉਹ ਵਚਨ ਹੋਇਆ ਸੀ ਨਾ, ਦੋਤਾ ਬਾਣੀ ਕਾ ਬੋਝ ਥਾ, ਗੁਰੂ ਅਮਰਦਾਸ ਜੀ ਦਾ
ਬਾਬਾ ਮੋਹਨ ਜੀ ਦੇ ਕੋਲ ਗਏ, ਗੁਰੂ ਅਮਰਦਾਸ ਜੀ ਦੇ ਪੁੱਤਰ ਦੇ ਕੋਲ। ਆਖਣ ਲੱਗੇ ਵੀ ਬਾਬਾ ਜੀ ਤੁਹਾਡੇ ਕੋਲ ਬਾਣੀ ਪਈ ਹੈ ਗੁਰੂ ਨਾਨਕ ਸਾਹਿਬ ਦੀ, ਸੱਚੇ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਉਚਾਰੀ ਹੋਈ ਹੈ, ਜਾਂ ਗੁਰੂ ਨਾਨਕ ਸਾਹਿਬ ਨੇ ਜਦੋਂ ਜਗਤ ਦਾ ਦੌਰਾ ਕੀਤਾ, ਸੰਸਾਰ ਦੀ ਭ੍ਰਮਣ ਕੀਤਾ, ਰਮਣ ਕੀਤਾ, ਅਤੇ ਭਗਤਾਂ ਦੀ ਬਾਣੀ ਇਕੱਤਰ ਕੀਤੀ ਆ, ਉਹਨਾਂ ਦੀ ਆਪਣੀ ਪਵਿੱਤਰ ਬਾਣੀ ਆ, ਗੁਰੂ ਅੰਗਦ ਸਾਹਿਬ ਦੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਆ, ਉਹ ਸਾਨੂੰ ਦੇ ਦਿਓ। ਅਤੇ ਕਹਿੰਦੇ ਨੇ ਕਿ ਬਾਬਾ ਮੋਹਨ ਨੇ ਗੁਰੂ ਅਰਜਨ ਦੇਵ ਜੀ ਨੂੰ ਅੰਦਰ ਕੋਠੜੀ ਦੇ ਵਿੱਚ ਬੁਲਾ ਲਿਆ, ਕਹਿਣ ਲੱਗੇ ਤੁਹਾਨੂੰ ਸੰਗ ਨਹੀਂ ਆਉਂਦੀ, ਅੱਗੇ ਸਾਰਾ ਕੁਝ ਸਾਡੇ ਪਿਤਾ ਕੋਲੋਂ ਤੁਸੀਂ ਲੈ ਗਏ ਹੋ, ਸਾਡੇ ਕੋਲ ਤਾਂ ਹੁਣ ਪੋਥੀਆਂ ਨੇ, ਤੁਸੀਂ ਆਹ ਵੀ ਮੰਗਦੇ ਪਏ ਹੋ। ਸਾਹਿਬ ਨੇ ਉੱਥੇ ਫਿਰ ਬਾਣੀ ਉਚਾਰਨ ਕੀਤੀ, ਉਸ ਅਕਾਲ ਪੁਰਖ ਦੀ ਉਸਤਤ ਕਰਦੇ ਆ, ਕਹਿੰਦੇ ਮੋਹਨ ਤੇਰੇ ਉੱਚੇ ਮੰਦਰ। ਬਾਬਾ ਮੋਹਨ ਜੀ ਕਹਿਣ ਲੱਗੇ ਧੰਨ ਹੋ, ਇਹਨਾਂ ਗੱਲਾਂ ਕਰਕੇ ਤੁਸੀਂ ਸਾਰਾ ਕੁਝ ਲੈ ਗਏ ਅੱਗੇ ਸਾਡੇ ਪਿਤਾ ਜੀ ਕੋਲ, ਅਸੀਂ ਸੋਚੀ ਬੈਠੇ ਸੀ ਕਿ ਸਾਨੂੰ ਮਿਲੇਗਾ। ਉਹ ਬਾਣੀਆਂ ਦੀਆਂ ਪੋਥੀਆਂ ਜਿਹੜੀਆਂ ਅਸੀਂ ਇਕੱਤਰ ਕੀਤੀ ਹੋਈ ਸੱਚੇ ਪਾਤਸ਼ਾਹ ਜੀ ਦੀ, ਉਹ ਬਾਣੀਆਂ ਗੁਰੂ ਅਰਜਨ ਸਾਹਿਬ ਨੂੰ ਉਹਨਾਂ ਨੇ ਭੇਟ ਕੀਤੀਆਂ ਦਿੱਤੀਆਂ, ਸਤਿਗੁਰੂ ਜੀ ਕਿਰਪਾ ਕੀਤੀ, ਗੁਰੂ ਰਾਮਦਾਸ ਸਰੋਵਰ ਦੇ ਕੰਢੇ ਬੈਠ ਕੇ ਭਾਈ ਗੁਰਦਾਸ ਜੀ ਕੋਲ ਬੈਠੇ ਨੇ, ਸਤਿਗੁਰ ਸੱਚੇ ਪਾਤਸ਼ਾਹ ਜੀ ਬੋਲਦੇ ਨੇ ਤੇ ਭਾਈ ਗੁਰਦਾਸ ਜੀ ਲਿਖਦੇ ਨੇ। ਜਦੋਂ ਪਤਾ ਲੱਗਿਆ ਸੰਸਾਰ ਦੇ ਵਿੱਚ, ਹੁਣ ਮੈਂ ਨਾਲ ਨਾਲ ਗੱਲ ਇਹ ਵੀ ਦੱਸਣੀ ਆ ਕਿ ਦੁਸ਼ਮਣੀਆਂ ਕਿੱਥੋਂ ਕਿੱਥੋਂ ਕਿੱਦਾਂ ਕਿੱਦਾਂ ਪੈਦਾ ਹੋ ਰਹੀਆਂ ਨੇ। ਪਤਾ ਲੱਗਿਆ ਸੰਸਾਰ ਦੇ ਵਿੱਚ ਕਿ ਗੁਰੂ ਅੰਗਦ ਦੇਵ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇੱਕ ਮਹਾਨ ਗ੍ਰੰਥ ਦੀ ਰਚਨਾ ਕਰ ਰਹੇ ਨੇ, ਬੜੇ ਸਾਰੇ ਕਵੀ ਆਏ, ਬਹੁਤ ਸਾਰੇ ਭਗਤ ਕਾਨਾ ਵਰਗੇ, ਛੰਜੂ ਵਰਗੇ, ਪੀਲੂ ਵਰਗੇ ਉਹ ਵੀ ਆਏ। ਉਹਨਾਂ ਆਖਿਆ ਕਿ ਸੱਚੇ ਪਾਤਸ਼ਾਹ ਸਾਡੀ ਬਾਣੀ ਦੇ ਵਿੱਚ ਦਰਜ ਕਰੋ। ਸਤਿਗੁਰੂ ਜੀ ਜਿਹੜੇ ਕੋਈ ਭਗਤ ਆਉਂਦੇ ਸੀ, ਮਹਾਨ ਕਵੀ ਆਉਂਦੇ ਸੀ, ਉਹਨਾਂ ਦੀ ਕਵਿਤਾ ਨੂੰ ਸੁਣਦੇ ਸੀ, ਉਹਨਾਂ ਦੀ ਰਚਨਾ ਨੂੰ ਸੁਣਦੇ ਸੀ, ਜਿਹੜੀ ਉਹਨਾਂ ਨੂੰ ਲੱਗਦੀ ਸੀ ਕਿ ਗੁਰੂ ਨਾਨਕ ਸਾਹਿਬ ਦੇ ਆਸ਼ੇ ਦੇ ਅਨੁਸਾਰ ਆ, ਉਹ ਭਾਈ ਗੁਰਦਾਸ ਜੀ ਨੂੰ ਹੁਕਮ ਕਰਦੇ ਸੀ ਕਿ ਇਹਨੂੰ ਲਿਖ ਦਿਓ। ਭਗਤ ਪੀਲੂ ਵਰਗੇ ਆਏ, ਉਹਨਾਂ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਸਾਡੀ ਵੀ ਲਿਖੋ। ਛੱਜੂ ਵਰਗੇ ਆਏ, ਉਹਨਾਂ ਆਖਿਆ ਸਾਡੀ ਰਚਨਾ ਵੀ ਇਸ ਗ੍ਰੰਥ ਦੇ ਵਿੱਚ ਦਰਜ ਕਰੋ। ਤੇ ਉਹ ਆਖਣ ਲੱਗੇ ਸੱਚੇ ਪਾਤਸ਼ਾਹ ਆਖਿਆ ਸੁਣਾਓ। ਜਦ ਉਹਨਾਂ ਸੁਣਾਈ ਸੱਚੇ ਪਾਤਸ਼ਾਹ ਆਖਿਆ ਕਿ ਨਾਨਕ ਦੇ ਆਸ਼ੇ ਦੇ ਅਨੁਸਾਰ ਨਹੀਂ, ਇਹ ਨਾਨਕ ਦੇ ਆਸ਼ੇ ਦੇ ਅਨੁਸਾਰ ਨਹੀਂ, ਮਾਫ ਕਰੋ ਮੈਂ ਨਹੀਂ ਲਿਖ ਸਕਦਾ। ਹੁਣ ਉਹ ਅੰਗ ਬਬੂਲੇ ਹੋ ਗਏ, ਇੱਕ ਹੋਰ ਮੇਰ ਖੜੀ ਹੋ ਗਈ। ਫਿਰ ਪ੍ਰਿਥੀ ਚੰਦ ਨੇ ਸੁਲਹੀ ਖਾਨ ਨੂੰ ਪੈਸੇ ਦਿੱਤੇ, ਇੱਕ ਜਰਨੈਲ ਸੀ ਸੁਲਹੀ ਖਾਨ, ਵੀ ਜਾ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਤੂੰ ਗੁਰਗੱਦੀ ਦੇ ਬੈਠਿਆਂ ਨੂੰ ਜਾ ਤੱਕ ਕਤਲ ਕਰ ਦੇਈ, ਤਲਵਾਰ ਦੇ ਨਾਲ ਕਤਲ ਕਰ ਦੇਈ। ਸੁਲਹੀ ਖਾਨ ਆਇਆ, ਉਹਨੂੰ ਜਿਵੇਂ ਅੱਜ ਦੀ ਭਾਸ਼ਾ 'ਚ ਕਹਿ ਦਈਏ ਸੁਪਾਰੀ ਦਿੱਤੀ। ਸੁਲਹੀ ਖਾਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਧਾਵਾ ਬੋਲਣ ਵਾਸਤੇ ਆਇਆ ਤੇ ਰਾਹ ਦੇ ਵਿੱਚ ਉਹਦਾ ਘੋੜਾ ਮੱਛਰ ਗਿਆ ਤੇ ਇੱਟਾਂ ਦਾ ਉੱਥੇ ਭੱਠਾ ਸੀ ਜਿੱਥੇ ਇੱਟਾਂ ਬਣਦੀਆਂ ਸੀਗੀਆਂ, ਭੱਠੀ ਚੱਲ ਰਹੀ ਸੀ, ਘੋੜੇ ਸਮੇਤ ਭੱਠੇ ਦੇ ਵਿੱਚ ਜਾ ਪਿਆ, ਡਿੱਗ ਕੇ ਖਤਮ ਹੋ ਗਿਆ। ਸਾਹਿਬ ਉੱਥੇ ਇੱਕ ਸ਼ਬਦ ਰੱਖਦੇ ਨੇ, ਸਾਹਿਬ ਕਹਿੰਦੇ ਨੇ ਸੁਲਹੀ ਤੇ ਨਾਰਾਇਣ ਰਾਜ। ਫਿਰ ਉਹਦੇ ਅਖੀਰ 'ਚ ਲਿਖਦੇ ਨੇ ਮੰਦਾ ਚਿਤਵਤ ਚਿਕਵਤ ਮੂਆ ਜਿਨ ਰਚਿਆ ਤਿਨ ਦੀਆ ਧਾਕ। ਉਹ ਮੰਦਾ ਚਿਤਵਦਾ ਸੀ, ਮੰਦਾ ਚਿਤਵਦਾ ਚਿਤਵਦਾ ਉਸ ਅਕਾਲ ਪੁਰਖ ਜਿਹਨੇ ਰਚਿਆ ਸੀ ਨਾ, ਜਿਹਨੇ ਰਚਿਆ ਤਿਨ ਦੀਆ ਤਿਨ ਦੀਨਾ ਧਾਕ। ਸਾਰੇ ਅਸਫਲ ਹੋ ਰਹੇ ਸੀ, ਇੱਕ ਇੱਕ ਕਰਕੇ ਉਹਨਾਂ ਦੇ ਪੈਂਤੜੇ ਅਸਫਲ ਹੋ ਰਹੇ ਸੀ। ਫਿਰ ਜਹਾਂਗੀਰ ਦੇ ਕੋਲ, ਬਾਦਸ਼ਾਹ ਦੇ ਕੋਲ ਜਾ ਕੇ ਇਹ ਸ਼ਿਕਾਇਤ ਕੀਤੀ ਗਈ ਕਿ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਇੱਕ ਗ੍ਰੰਥ ਦੀ ਰਚਨਾ ਕੀਤੀ,
ਕੀਤੀ ਹੈ ਜਿਹਦੇ ਵਿੱਚ ਇਸਲਾਮ ਵਾਸਤੇ ਬੜਾ ਬੁਰਾ ਆਖਿਆ। ਪੇਸ਼ੀ ਹੋ ਗਈ, ਪੇਸ਼ ਕਰੋ। ਬਾਦਸ਼ਾਹ ਸੀ, ਸਤਿਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਹੁਕਮ ਕੀਤਾ ਕਿ ਜਾਓ। ਬਾਬਾ ਬੁੱਢਾ ਜੀ ਗਏ, ਦਰਬਾਰ ਸਾਹਿਬ ਦੀ ਭੀੜ ਜਦ ਸੰਪੂਰਨ ਹੋਈ, ਉਹਦੇ ਵਿੱਚ ਭਗਤਾਂ ਦੀਆਂ ਬਾਣੀਆਂ, ਸਹਿਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬਾਣੀਆਂ, ਭੱਟਾਂ ਦੀਆਂ ਬਾਣੀਆਂ, ਮੁਸਲਿਮ ਭਗਤਾਂ ਦੀਆਂ ਬਾਣੀਆਂ, ਹਿੰਦੂ ਭਗਤਾਂ ਦੀਆਂ ਬਾਣੀਆਂ, ਉਹ ਸਿਰ ਤੇ ਰੱਖ ਕੇ ਲੈ ਕੇ ਗਏ, ਪ੍ਰਕਾਸ਼ ਕੀਤਾ, ਵਾਚ ਲਿੱਤਾ। ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਬੰਦੇ। ਜਹਾਂਗੀਰ ਦੇ ਸ਼ਬਦ ਸੀ, ਇਹ ਕਿਤਾਬ ਤੋਂ ਤਾਜ਼ੀਮ ਕੇ ਲਾਇਕ ਹੈ। ਇਹ ਵੀ ਵਾਰ ਚਲੀ ਚਲਿਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਸਵੰਧ ਦੀ ਜੋ ਪ੍ਰਥਾ ਚਲਾਈ, ਪ੍ਰਿਥੀ ਚੰਦ ਸਤਿਗੁਰ ਜੀ ਤੋਂ ਉਮਰ ਕਰਕੇ ਵੱਡਾ ਸੀ, ਬੜਾ ਦਾ ਲੋਕਾਂ ਦੇ ਨਾਲ ਜਦੋਂ ਸਾਧ ਸੰਗਤ ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਉਂਦੀ ਸੀ ਨਾ, ਤੇ ਉਹਦਾ ਬੜਾ ਉਹਨਾਂ ਦੇ ਨਾਲ ਕੰਟੈਕਟ ਬੜੇ ਸੀ। ਉਹਨੇ ਬਾਹਰੋਂ ਬਾਹਰ ਬੰਦੇ ਰੋਕਣੇ ਸ਼ੁਰੂ ਕਰਦੇ, ਉਹ ਕਿਤੇ ਲੋੜ ਨਹੀਂ, ਸਾਨੂੰ ਪੈਸੇ ਮੱਥਾ ਟੇਕਣ ਦੀ ਸਾਨੂੰ ਉਹਨਾਂ ਦੇ ਘਰ 'ਚ ਇੱਥੇ ਕੀ ਜ਼ਰੂਰਤ ਆ, ਕੋਈ ਲੋੜ ਨਹੀਂ, ਕੁਛ ਨਹੀਂ ਰੱਖਿਆ। ਇੱਥੇ ਲੰਗਰ ਬੰਦ ਕਰ ਦਿੱਤਾ, ਸਤਿਗੁਰੂ ਜੀ ਦਾ ਲੰਗਰ ਵਿੱਚ ਜਾਣਾ ਬੰਦ ਕਰ ਦਿੱਤਾ। ਸੱਚੇ ਪਾਤਸ਼ਾਹ ਕਈ ਦਿਨ ਭੁੱਖੇ ਰਹੇ, ਨਾਲ ਦੇ ਸਿੱਖ ਸੇਵਕ ਬੜੇ ਗੁੱਸੇ 'ਚ ਆਏ, ਉਹਨਾਂ ਆਖਿਆ ਸੱਚੇ ਪਾਤਸ਼ਾਹ ਨੂੰ ਸਭ ਕਿਸ ਕੋਨੇ ਸਾਧੂ ਨਾਲ ਆਖਿਆ, ਕੁਝ ਨਹੀਂ ਕਿਹਾ, ਕੁਝ ਨਹੀਂ ਆਖਿਆ। ਖਿਮਾ ਧੀਰਜ ਸ਼ਾਂਤੀ ਦੇ ਪੁੰਜ, ਖਿਮਾ ਧੀਰਜ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਵਕਤ ਬੀਤਦਾ ਗਿਆ, ਸਾਹਿਬ ਜ਼ਿਆਦਾ ਵੱਡੇ ਹੋਏ ਨੇ, ਤੇ ਲਾਹੌਰ ਦਾ ਦੀਵਾਨ ਮੱਲ, ਖਾਨੇ ਦਾ ਦੀਵਾਨ ਚੰਦੂ ਮੱਲ, ਉਹਨੇ ਰਿਸ਼ਤਾ ਭੇਜਿਆ ਆਪਣੀ ਬੇਟੀ ਦਾ, ਆਪਣੀ ਬੇਟੀ ਦਾ ਰਿਸ਼ਤਾ ਭੇਜਿਆ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ। ਸਤਿਗੁਰਾਂ ਨੇ ਸਿੱਖਾਂ ਨਾਲ ਬਚਨੋਂ ਬਲਾਸ ਕੀਤਾ ਕਿ ਕਿਸ ਤਰ੍ਹਾਂ ਆਪਾਂ ਭਾਈ ਕਰ ਲਈਏ ਉੱਥੇ ਸਾਹਿਬਜ਼ਾਦੇ ਹਰਗੋਬਿੰਦ ਸਾਹਿਬ ਦਾ। ਉਹਨਾਂ ਆਖਿਆ ਨਹੀਂ ਜੀ, ਰਹਿਣ ਦਿਓ। ਤੇ ਜਦੋਂ ਜਾ ਕੇ ਸੁਨੇਹਾ ਪਹੁੰਚਿਆ ਨਾ, ਤੇ ਉਹਨੇ ਅਪ ਸ਼ਬਦ ਗੁਰੂ ਘਰ ਦੇ ਬਾਰੇ ਆਖੇ ਕਿ ਮੋਰੀ ਦੀ ਇੱਟ ਚੁਬਾਰੇ ਨੂੰ ਨਹੀਂ ਲੱਗ ਸਕਦੀ, ਮੋਰੀ ਦੀ ਇੱਟ ਚੁਬਾਰੇ ਨੂੰ ਨਹੀਂ ਲੱਗ ਸਕਦੀ। ਸਤਿਗੁਰੂ ਜੀ ਆਖਿਆ ਬਿਲਕੁਲ ਵੀ, ਚੰਦੂ ਹੰਕਾਰੀ ਹੈ। ਅੱਜ ਤੱਕ ਸਾਨੂੰ ਪੜ੍ਹਾਇਆ ਗਿਆ, ਅੱਜ ਤੱਕ ਸਾਨੂੰ ਸੁਣਾਇਆ ਗਿਆ, ਅੱਜ ਤੱਕ ਅਸੀਂ ਸੁਣਦੇ ਰਹੇ ਕਿ ਚੰਦੂ ਦੇ ਬੇਟੀ ਦਾ ਜਿਹੜਾ ਰਿਸ਼ਤਾ ਸੀ ਗੁਰੂ ਅਰਜਨ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਾਸਤੇ ਇਨਕਾਰ ਕਰ ਦਿੱਤਾ, ਇਸ ਕਰਕੇ ਚੰਦੂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ। ਕਿਉਂਕਿ ਉਦੋਂ ਸੋਰਸਿਸ ਇੰਨੇ ਕੁ ਸੀ, ਟਾਈਮ ਬੀਤਿਆ, ਵਕਤ ਗੁਜ਼ਰਿਆ। ਤੁਜ਼ਕੇ ਜਹਾਂਗੀਰ ਕਿਤਾਬ ਹੈ ਜਿਹੜੀ ਜਹਾਂਗੀਰ ਬਾਦਸ਼ਾਹ ਨੇ ਲਿਖੀ ਹੈ, ਉਹਦੀ ਆਪਣੀ ਜੀਵਨੀ ਤੁਜ਼ਕੇ ਜਹਾਂਗੀਰ। ਜਦ ਉਹਦੇ ਪਰਦੇ, ਉਹਦੇ ਪੇਜ ਖੁੱਲੇ, ਉਹਨੂੰ ਇਤਿਹਾਸਕਾਰਾਂ ਨੇ ਵਾਚਿਆ ਤਾਂ ਇਹ ਸਾਰਾ ਮੰਜ਼ਰ ਹੀ ਹੋਰ ਸੀ। ਇਹ ਮੰਜ਼ਰ ਕੀ ਸੀ? ਧਾਰਮਿਕ ਕੱਟੜਤਾ, ਜਿਹੜੀ ਮੈਂ ਪਹਿਲੋਂ ਅੱਜ ਕੀਤੀ ਸੀ, ਬਾਬੇ ਕੇ ਬਾਬਰ ਕੇ ਦੋ ਬਾਪ ਕਰੇ ਪਰਮੇਸ਼ਰ ਹੋ, ਧਾਰਮਿਕ ਕੱਟੜਤਾ। ਜਹਾਂਗੀਰ ਚਾਹੁੰਦਾ ਸੀ ਉਹਦੇ ਨਾਲ ਦੇ ਜਿਹੜੇ ਸਾਥੀ ਸੀ, ਉਹਦੀ ਵਜ਼ਾਰਤ ਵਿੱਚ ਜਿੰਨੇ ਉਹਨੂੰ ਸਲਾਹਕਾਰ ਸੀ, ਉਹ ਚਾਹੁੰਦੇ ਸੀ ਕਿ ਤਲਵਾਰ ਦੇ ਜ਼ੋਰ ਦੇ ਨਾਲ ਪੂਰੇ ਹਿੰਦੁਸਤਾਨ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ। ਉਹਦੇ ਵਿੱਚ ਜਹਾਂਗੀਰ ਲਿਖਦਾ ਹੈ ਤੁਸਕੇ ਜਹਾਂਗੀਰ ਦੇ ਵਿੱਚ ਕਿ ਕਈ ਪੀੜ੍ਹੀਆਂ ਤੋਂ ਇਸ ਹਿੰਦੂ ਦੀ ਦੁਕਾਨ ਚੱਲ ਰਹੀ ਸੀ, ਦੁਕਾਨਦਾਰੀ ਚੱਲ ਰਹੀ ਸੀ। ਸਾਡੇ ਬਹੁਤ ਸਾਰੇ ਮੂਰਖ ਮੁਸਲਮਾਨ ਵੀ ਇਹਦੇ ਦਰਬਾਰ ਵਿੱਚ ਜਾ ਕੇ ਸਜਦਾ ਕਰਦੇ ਸਨ। ਸਾਨੂੰ ਇਹ ਨਹੀਂ ਬਰਦਾਸ਼ਤ ਸੀ। ਕਿਉਂ ਬਰਦਾਸ਼ਤ ਹੁੰਦਾ? ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਨੀਂਹ ਰਖਾਈ ਸਤਿਗੁਰ ਸੱਚੇ ਪਾਤਸ਼ਾਹ ਸਾਈ ਮੀਆਂ ਮੀਰ ਦੀ। ਚਾਰ ਦਰਵਾਜ਼ੇ ਉਹਨੇ ਰੱਖੇ ਸੱਚੇ ਪਾਤਸ਼ਾਹ ਜੀ ਨੇ, ਚਾਰ ਦਰਵਾਜ਼ੇ ਰੱਖੇ।
ਉਪਦੇਸ਼ ਚੌਹ ਵਰਨਾ ਕੋ ਸਾਂਝਾ। ਸਤਿਗੁਰੂ ਜੀ ਦਾ ਵਚਨ ਸੀ ਉਪਦੇਸ਼ ਚੌਹ ਵਰਨਾ ਕੋ ਸਾਂਝਾ। ਜਿੰਨੇ ਪ੍ਰਾਪਤ ਹਿੰਦੂ ਮੰਦਿਰ ਸਨ ਨਾ, ਉਹਨਾਂ ਦੀ ਕੁਰਸੀ ਜਿਹੜੀ ਆ ਉਹ ਜ਼ਮੀਨ ਤੋਂ ਉੱਚੀ ਹੁੰਦੀ ਆ। ਸੱਚੇ ਪਾਤਸ਼ਾਹ ਨਿਰਮਾਣਤਾ ਦੇ ਪੁੱਜ ਸਨ, ਸਰੋਵਰ ਦੀ ਖੁਦਾਈ ਕਰਵਾਈ ਤੇ ਉਹਦੀ ਨੀਂਹ ਜਿਹੜੀ ਆ ਥੱਲੇ ਰੱਖੀ ਆ, ਉਹਦੀ ਨੀਂਹ ਜਿਹੜੀ ਆ ਥੱਲੇ ਰੱਖੀ ਆ, ਭਾਵ ਕੇ ਜਿਹੜਾ ਆਵੇ ਨੀਵਾਂ ਹੋ ਕੇ ਆਵੇ। ਚਾਰ ਦਰਵਾਜ਼ੇ ਰੱਖੇ ਨੇ, ਚਾਰੇ ਦਿਸ਼ਾਵਾਂ ਦੇ ਵਿੱਚ ਰੱਖੇ ਨੇ, ਚੌਹਾਂ ਵਰਣਾ ਦੇ ਵਾਸਤੇ ਖੁੱਲੇ ਰੱਖੇ ਨੇ। ਤੇ ਜਦੋਂ ਔਰੰਗਜ਼ੇਬ ਦੇ ਕੋਲ ਇਹ ਗੱਲਾਂ ਪਹੁੰਚੀਆਂ, ਔਰੰਗਜ਼ੇਬ ਲਿਖਦਾ ਕਿ ਮੈਂ ਫਿਰ ਆਪਣੇ ਵਜ਼ੀਰਾਂ ਨੂੰ ਇਹ ਹੁਕਮ ਕਰ ਦਿੱਤਾ ਕਿ ਜਾਂ ਤਾਂ ਉਸ ਅਰਜਨ ਨੂੰ, ਉਹ ਇਸ ਤਰ੍ਹਾਂ ਲਿਖਦਾ, ਜਾਂ ਤਾਂ ਉਸ ਅਰਜਨ ਨੂੰ ਮੁਸਲਮਾਨ ਬਣਾ ਦਿੱਤਾ ਜਾਵੇ, ਤੇ ਜਾਂ ਫਿਰ ਜੇ ਨਹੀਂ ਮੰਨਦਾ ਤਾਂ ਲਾਲਚ ਦਿਓ, ਨਹੀਂ ਮੰਨਦਾ ਤਾਂ ਫਿਰ ਜ਼ੁਲਮ ਕਰੋ, ਕਤਲ ਕਰ ਦਿਓ, ਸਜ਼ਾ ਦੇ ਦਿਓ। ਤੇ ਸਾਹਿਬ ਮਰਨ ਵਾਲੀ ਤਾਂ ਗੱਲ ਹੀ ਕੋਈ ਨਹੀਂ, ਗੁਰੂ ਨਾਨਕ ਸਾਹਿਬ ਦਾ ਵਚਨ ਹੈ। ਉਹ ਜੀ ਜੋ ਕਹੋ ਪ੍ਰੇਮ ਖੇਲਣ ਕਾ ਚਾਓ, ਸਿਰ ਤਲ ਤਲੀ ਗਲੀ ਮੋਰੀ ਸਰਤਾਜ ਆਖਿਆ ਜਾਂਦਾ ਹੈ, ਸ਼ਹੀਦਾਂ ਦੇ ਸਰਮੋਹ ਆਖਿਆ ਜਾਂਦਾ ਹੈ। ਜਦੋਂ ਤੁਹਾਡੇ ਕੋਲ ਆਪਸ਼ਨ ਹੋਵੇ ਜਿਉਣ ਦੀ, ਬਚਣ ਦੀ, ਤੁਹਾਡੀ ਜ਼ਿੰਦਗੀ ਨੂੰ ਬਚਾਉਣ ਦੀ, ਤੇ ਇੱਕ ਦਰਵਾਜ਼ੇ ਦੇ ਵਿੱਚੋਂ ਤੁਸੀਂ ਨਿਕਲਣਾ ਹੈ ਤਾਂ ਤੁਸੀਂ ਬਚ ਸਕਦੇ ਹੋ। ਤੁਹਾਨੂੰ ਸ਼ੌਹਰਤ ਮਿਲ ਸਕਦੀ ਹੈ, ਪੈਸਾ ਮਿਲ ਸਕਦਾ ਹੈ, ਜ਼ਿੰਦਗੀ ਮਿਲ ਸਕਦੀ ਹੈ, ਤੇ ਇੱਕ ਦਰਵਾਜ਼ਾ ਐਸਾ ਹੈ ਜਿਹਦੇ ਵਿੱਚੋਂ ਮੌਤ ਮਿਲਣੀ ਹੈ। ਤੇ ਆਮ ਲੋਕ, ਸਾਡੇ ਵਰਗੇ ਲੋਕ ਕੀ ਚੁਣਨਗੇ? ਜਿੱਥੇ ਜ਼ਿੰਦਗੀ ਮਿਲਦੀ ਹੈ, ਜਿੱਥੇ ਪੈਸਾ ਮਿਲਦਾ ਹੈ। ਸਭ ਗੱਜ ਕੇ ਅੱਗੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ। ਸਤਿਗੁਰੂ ਜੀ ਦੇ ਅੱਗੇ ਇਹ ਸ਼ਰਤ ਰੱਖੀ ਗਈ, ਜਹਾਂਗੀਰ ਨੇ ਹੁਕਮ ਕੀਤਾ, ਨਕਸਲਬੰਦੀਆਂ ਨੇ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਨੂੰ ਗ੍ਰਿਫਤਾਰ ਕਰ ਲਿਆ। ਯਾਸਾ ਏ ਸਲਤਨ ਇੱਕ ਕਾਨੂੰਨ ਹੈ, ਜਿਸ ਤਰ੍ਹਾਂ ਇੰਡੀਅਨ ਪੀਨਲ ਕੋਡ ਹੈ। ਯਾਸਾ ਏ ਸਲਤਨ ਮੰਗੋਲੀਅਨ ਰਾਜਿਆਂ ਦਾ
ਇੱਕ ਕਾਨੂੰਨ ਹੈ ਜਿਹੜੇ ਭੂਤਾਂ ਅਮਰੀਕਾ ਨੂੰ ਮੰਨਦੇ ਨੇ। ਜਾਸਾ ਇਹ ਸਲਤਨਤ ਕਾਨੂੰਨ ਦੇ ਅਧੀਨ ਸਜ਼ਾ ਦਿੱਤੀ ਗਈ, ਉਹਨਾਂ ਦਾ ਮੰਨਣਾ ਹੈ ਮੰਗੋਲੀਅਨ ਲੋਕਾਂ ਦਾ ਜਿੱਥੋਂ ਦਾ ਚੰਗੇਜ਼ ਖਾਨ ਹੋਇਆ ਹੈ, ਕਿ ਜੇ ਕਿਸੇ ਰੱਬੀ ਰੂਹ ਨੂੰ ਸਜ਼ਾ ਦੇਣੀ ਹੋਵੇ, ਯਾਦ ਰੱਖਿਓ ਜੇ ਉਹਦਾ ਖੂਨ ਧਰਤੀ ਤੇ ਡੁੱਲ ਜਾਵੇਗਾ ਤਾਂ ਤੁਹਾਡੇ ਵਾਸਤੇ ਹਕੂਮਤ ਦੇ ਵਾਸਤੇ ਉਹ ਖਤਮੇ ਖਤਰੇ ਦੀ ਘੰਟੀ ਹੋਵੇਗੀ, ਉਹਦਾ ਖੂਨ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਦਾ ਨੂੰ ਉਸ ਕਾਨੂੰਨ ਦੇ ਅਧੀਨ ਸਜ਼ਾ ਸੁਣਾਈ ਗਈ, ਭਾਵ ਕਿ ਇਹਨਾਂ ਨੂੰ ਤੱਕੀ ਤਵੀ ਦੇ ਬਿਠਾ ਦਿਓ, ਖੂਨ ਨਹੀਂ ਚੋਏਗਾ, ਕੋਈ ਸਰੀਰ ਦਾ ਅੰਗ ਕੱਟਣਗੇ ਖੂਨ ਚੋਏਗਾ ਤਾਂ ਥੱਲੇ ਡਿੱਗੇਗਾ, ਤਾਂ ਕਾਨੂੰਨ ਦੀ ਉਲੰਘਣਾ ਹੈ। ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ, ਲਾਹੌਰ ਲਿਜਾਇਆ ਗਿਆ, ਸ਼ਰਤ ਰੱਖੀ ਗਈ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ ਜਾਂ ਮੌਤ ਵਾਸਤੇ ਤਿਆਰ ਹੋ ਜਾਓ। ਸਾਹਿਬ ਕਹਿੰਦੇ ਨੇ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਹਾਂ, ਜਿਹਨੇ ਪਹਿਲਾਂ ਹੀ ਮਤਲਬ ਕੀਤਾ ਹੈ ਕਿ ਜਾਓ ਤਾਂ ਪ੍ਰੇਮ ਖੇਲਣ ਕਰ ਜਾਓ, ਸਿਰ ਧਰ ਤਲੀ ਗਲੀ ਮੋਰੀ ਜਾਓ, ਇਹਦੀ ਗਲੀ ਇਹਦੇ ਦਰਬਾਰ ਇਹਦੇ ਹਜ਼ੂਰ ਦੇ ਵਿੱਚ ਤਾਂ ਸਿਰ ਨੂੰ ਤਲੀ ਦੇ ਰੱਖ ਕੇ ਹੀ ਆਇਆ ਜਾਂਦਾ। ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਸੱਚੇ ਪਾਤਸ਼ਾਹ ਇਹ ਵੀ ਤੇਰੀ ਰਜ਼ਾ ਹੈ, ਹੈ ਗੁਰੂ ਨਾਨਕ ਇਹ ਵੀ ਤੇਰੀ ਰਜ਼ਾ ਹੈ, ਕਿਰਪਾ ਕਰ ਤੇਰਾ ਕੀਤਾ ਮੈਨੂੰ ਮਿੱਠਾ ਲੱਗੇ। ਇਹ ਸਰੀਰ ਤਾਂ ਨਾਸ਼ਵਾਨ ਹੈ, ਅੱਜ ਨਹੀਂ ਤਾਂ ਕੱਲ੍ਹ ਚਲੇ ਜਾਣਾ ਹੈ। ਜਦੋਂ ਸਿੱਧਾ ਨੂੰ ਆਖਿਆ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ, ਸਿੱਧਾ ਨੇ ਆਖਿਆ ਕਿ ਨਾਨਕ ਸਾਡੇ ਵਿੱਚ ਮਿਲ ਜਾ। ਸੱਚੇ ਪਾਤਸ਼ਾਹ ਆਖਿਆ ਕਿਉਂ? ਕਹਿੰਦੇ ਤੇਰੀ ਬੜੀ ਉਮਰ ਕਰ ਦਿਆਂਗੇ। ਕਹਿੰਦੇ ਕਿੰਨੀ? ਕਹਿੰਦੇ ਜੀ ਬੜੀ ਲੰਬੀ ਉਮਰ ਕਰ ਦਿਆਂਗੇ, ਜੁਗਾਂ ਜੁਗਾਂ ਤੱਕ ਉਮਰ ਕਰ ਦਿਆਂਗੇ। ਜਪਜੀ ਸਾਹਿਬ ਜੀ ਸਾਹਿਬ ਲਿਖਦੇ ਨੇ ਕਿ ਜੇ ਸਤਿਗੁਰ ਕਹਿੰਦੇ ਨੇ ਕਿ ਇੱਕ ਤੁਸੀਂ ਇੱਕ ਯੁੱਗ ਦੀ ਗੱਲ ਕਰਦੇ ਹੋ, ਜੇ ਯੁੱਗ ਚਾਰੇ ਆਰਜਾ ਹੋਰ ਸੋਹਣੀ ਹੋਏ, ਚਾਰ ਯੁੱਗਾਂ ਦੀ ਆਰਜਾ ਕਰ ਦਿਓ, ਮੇਰੀ ਉਮਰ ਕਰ ਦਿਓ, ਇਸ ਤੋਂ ਵੀ ਡਬਲ ਕਰ ਦਿਓ, ਅੱਠ ਗੁਣਾ ਕਰ ਦਿਓ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਈ ਤਾਂ ਬਾਤ ਨਾ ਪੁੱਛੇ। ਵੱਡੀ ਉਮਰ ਨੂੰ ਕੀ ਕਰਨਾ? ਭਾਈ ਨੰਦ ਲਾਲ ਗੋਆ ਕਹਿੰਦੇ ਨੇ ਖੁਸ਼ ਅਸ ਉਮਰ ਦੱਕੇ ਦਰ ਯਾਰ ਵਾ ਗੁਜ਼ਰਸ, ਭਲੀ ਹੈ ਉਹ ਉਮਰ ਜਿਹੜੀ ਉਹਦੇ ਯਾਦ ਦੇ ਵਿੱਚ ਗੁਜ਼ਰ ਜਾਵੇ, ਉਹਦੇ ਦਰਵਾਜ਼ੇ ਦੇ ਵਿੱਚ ਗੁਜ਼ਰ ਜਾਵੇ। ਸ਼ਾਇਦ ਨੂੰ ਤੱਤੀ ਤਵੀ ਦੇ ਬਿਠਾ ਦਿੱਤਾ ਗਿਆ। ਫਿਰ ਅਗਲਾ ਜਨਮ ਸ਼ੁਰੂ ਹੋਇਆ, ਦੇਖਿਆ ਕਿ ਫਰਕ ਹੀ ਕੋਈ ਨਹੀਂ, ਮੰਨਦੇ ਹੀ ਨਹੀਂ ਪਏ, ਫਰਕ ਹੀ ਕੋਈ ਨਹੀਂ।
ਫਿਰ ਤੱਤੀ ਰੇਤ ਸੀਸ ਤੇ ਪਾਈ, ਰੇਤਾ ਤੱਤਾ ਕਰਕੇ ਸਤਿਗੁਰੂ ਜੀ ਦੇ ਸੀਸ ਤੇ ਪਾਇਆ ਗਿਆ। ਸਾਧ ਸੰਗਤ ਜੀ, ਅਸੀਂ ਤਸਵੀਰਾਂ ਜ਼ਰੂਰ ਵੇਖਦੇ ਹਾਂ ਜਿੱਥੇ ਸੱਚੇ ਪਾਤਸ਼ਾਹ ਬੜੇ ਧੀਰਜ ਦੇ ਨਾਲ ਬੈਠੇ ਨੇ, ਕਲਾਕਾਰਾਂ ਨੇ ਆਪਣੀ ਸਮਝ ਦੇ ਅਨੁਸਾਰ ਬਣਾਈਆਂ ਨੇ, ਪਰ ਰਿਐਲਿਟੀ ਕੀ ਸੀ ਉਸ ਵੇਲੇ? ਰਿਐਲਿਟੀ ਕਿ ਸੱਚੇ ਪਾਤਸ਼ਾਹ ਜੀ ਦੇ ਸਰੀਰ ਦੇ ਵਿੱਚੋਂ ਛਾਲੇ ਉੱਗ ਖੜੇ, ਪੂਰੇ ਸਰੀਰ ਤੇ ਛਾਲੇ ਹੋ ਗਏ, ਸਕਿਨ ਸੜ ਗਈ, ਚਮੜੀ ਸੜ ਗਈ, ਧੂੰਆਂ ਉੱਠ ਰਿਹਾ ਹੈ, ਬੇਹੋਸ਼ ਹੋ ਗਏ ਨੇ। ਸਤਿਗੁਰੂ ਜੀ ਦੇ ਕੋਲ ਦਰਬਾਰ ਸਾਹਿਬ ਦੀ ਨੀਂਹ ਰੱਖਣ ਵਾਲਾ ਸਾਈਂ ਮੀਆਂ ਮੀਰ, ਜੋ ਸਤਿਗੁਰੂ ਜੀ ਤੇ ਬੜੀ ਸ਼ਰਧਾ ਰੱਖਦੇ ਸੀ, ਸਾਈਂ ਮੀਆਂ ਮੀਰ ਜੀ ਨੂੰ ਬਹੁਤ ਸਾਰੇ ਲੋਕ ਮੰਨਦੇ ਸੀ। ਮੀਆਂ ਮੀਰ ਜੀ ਨੂੰ ਪਤਾ ਲੱਗਾ, ਭੱਜੇ ਆਏ, ਆਖਣ ਲੱਗੇ, ਹੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਕਿਹੜਾ ਕਸ਼ਟ ਤੁਸੀਂ ਆਪਣੇ ਤੇ ਲੈ ਰਹੇ ਹੋ? ਇਹ ਗੱਲ ਤੁਸੀਂ ਮੈਨੂੰ ਦੱਸੋ, ਮੈਂ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ, ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦਿਆਂਗਾ। ਸੱਚੇ ਪਾਤਸ਼ਾਹ ਆਖਿਆ, ਭਾਈ ਸਾਈਂ ਮੀਆਂ ਮੀਰ ਜੀ, ਸਾਈਂ ਜੀ ਉਸ ਖੁਦਾ ਦੀ, ਉਸ ਅਕਾਲ ਪੁਰਖ ਦੀ, ਉਸ ਸਤਿਗੁਰੂ ਦੀ ਰਜ਼ਾ ਦੇ ਵਿੱਚ ਦਖਲ ਨਹੀਂ ਦੇਣਾ। ਉਹ ਜਦੋਂ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਦਮ ਘੁੱਟੇਗਾ, ਪ੍ਰਾਣ ਤਿਆਗ ਦੇਣ।
ਸੱਚੇ ਪਾਤਸ਼ਾਹ ਇੱਥੇ ਕਈ ਇਤਿਹਾਸਕਾਰ ਬਹੁਤ ਕੁਝ ਲਿਖਦੇ ਨੇ। ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਨੂੰ ਰਾਵੀ ਦੇ ਦਰਿਆ ਦੇ ਕਿਨਾਰੇ ਲੈ ਜਾਇਆ ਗਿਆ ਕਿ ਰਾਵੀ ਦੇ ਦਰਿਆ ਦਾ ਠੰਡਾ ਪਾਣੀ ਜਦ ਉਬੜੇ ਹੋਏ ਸਰੀਰ ਦੇ ਉੱਤੇ, ਸੜੇ ਹੋਏ ਸਰੀਰ ਦੇ ਉੱਤੇ, ਛਾਲਿਆਂ ਭਰੇ ਸਰੀਰ ਤੇ ਪਏਗਾ ਤਾਂ ਗੁਰੂ ਅਰਜਨ ਸਾਹਿਬ ਜਿਹੜੇ ਨੇ ਹੋਰ ਤੜਪਣਗੇ ਤੇ ਤੜਕੇ ਸਰੀਰ ਤਿਆਗ ਦੇਣਗੇ। ਜਦ ਤਵੀ ਦੇ ਬੈਠੇ ਨੇ ਪ੍ਰਿੰਸੀਪਲ ਸਤਬੀਰ ਸਿੰਘ ਲਿਖਦਾ ਮਹੀਨਾ ਜੇਠ ਦਾ ਤੱਤਾ ਸੁਲਹੀ ਤੱਤਾ ਸੁਲਭੀ ਤੱਤਾ ਪ੍ਰਿਥੀ ਚੰਦ ਤੱਤਾ ਭਰਜਾਈ ਕਰਮੋ ਤੱਤੀ ਤਵੀ ਤੱਤੀ ਰੇਤ ਤੱਤੀ ਰੇਤ ਪਾਉਣ ਵਾਲਾ ਪੜਕੁੰਜਾ ਤੱਤਾ ਇੱਥੋਂ ਤੱਕ ਸਾਈਂ ਮੀਆਂ ਮੀਰ ਤੱਤਾ ਜੇ ਠੰਡੇ ਨੇ ਤਾਂ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ। ਸੱਚੇ ਪਾਤਸ਼ਾਹ ਜੀ ਨੂੰ ਲਿਜਾਇਆ ਗਿਆ। ਇਤਿਹਾਸਕਾਰ ਪ੍ਰਿੰਸੀਪਲ ਸਤਬੀਰ ਸਿੰਘ ਲਿਖਦੇ ਨੇ ਕਹਿੰਦੇ ਨੇ ਉੱਥੇ ਫਿਰ ਸੰਗਸਾਰ ਹੋਇਆ, ਕੁਝ ਮਛਲੇ ਹੋਏ ਲੋਕਾਂ ਨੇ ਜਿਹੜੇ ਹਕੂਮਤ ਦੇ ਢਾਹੇ ਚੜੇ ਹੋਏ ਸਨ ਉਹਨਾਂ ਨੇ ਸੰਗਸਾਰ ਨੂੰ ਭਾਵੇਂ ਪੱਥਰ ਮਾਰਨਾ। ਇਸਲਾਮਿਕ ਵਿੱਚ ਇੱਕ ਇਹ ਬੜੀ ਸਜ਼ਾ ਆਮ ਦਿੱਤੀ ਜਾਂਦੀ ਹੈ ਅੱਜ ਵੀ ਅਰੇਬੀਅਨ ਕੰਟਰੀਜ਼ ਦੇ ਵਿੱਚ ਕਿ ਕਿਸੇ ਜਿਹਨੂੰ ਤੁਸੀਂ ਸਜ਼ਾ ਦੇਣੀ ਆ ਲੋਕ ਉਹਦੇ ਪੱਥਰ ਮਾਰਦੇ ਨੇ, ਵੱਟੇ ਮਾਰਦੇ ਨੇ। ਕਹਿੰਦੇ ਨੇ ਸੰਗਸਾਰ ਹੋਇਆ, ਇੱਕ ਪੱਥਰ ਜਿਹੜਾ ਆ ਭੁੜ ਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਵੱਟੇ ਤੇ ਲੱਗਿਆ। ਜਦ ਪਰਵੱਟੇ ਤੇ ਲੱਗਿਆ ਤਾਂ ਖੂਨ ਦੀ ਤਤੀਰੀ ਵੱਗ ਪਈ, ਖੂਨ ਦੀ ਤਤੀਰੀ ਵੱਗ ਪਈ ਤਾਂ ਜਿਹੜੇ ਉਹ ਪੁਲਿਸ ਵਾਲੇ ਸਨ ਨਾ, ਉਹਨਾਂ ਦੇ ਸੈਨਿਕ ਸਨ ਜਿਹੜੇ ਸਜ਼ਾ ਦੇ ਰਹੇ ਸਨ, ਉਹਨਾਂ ਨੇ ਦੇਖਿਆ ਕਿ ਇਹ ਤਾਂ ਸੰਗਤਾਂ ਨੇ ਯਾਸਾ ਦਾ ਜਿਹੜੀ ਆ ਉਲੰਘਣਾ ਹੋ ਗਈ, ਉਸ ਕਾਨੂੰਨ ਦੀ ਉਲੰਘਣਾ ਹੋ ਗਈ, ਬੜਾ ਮਾੜਾ ਕੰਮ ਆ, ਬਾਦਸ਼ਾਹ ਦੀ ਸਲਤਨਤ ਖਤਮ ਹੋ ਜਾਣੀ, ਇਹਨਾਂ ਦਾ ਖੂਨ ਹੁਣ ਧਰਤੀ ਤੇ ਡਿੱਗ ਪਿਆ ਆ। ਇੰਨੇ ਜ਼ੁਲਮ ਸਹਿ ਕੇ, ਇੰਨੇ ਜ਼ੁਲਮ ਆਪਣੇ ਸਰੀਰ ਤੇ ਲੈ ਕੇ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੁਨੀਆਂ ਦੇ ਮਾਲਕ, ਦੁਨੀਆਂ ਨੂੰ ਸੁੱਖ ਦੇਣ ਵਾਲੇ, ਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਧੁਰਕੀ ਬਾਣੀ ਸੰਸਾਰ ਨੂੰ ਚਾਨਣਾ ਦੇਣ ਵਾਸਤੇ ਦੇਣ ਵਾਲੇ, ਜਿਹਨਾਂ ਨੇ ਕਿੰਨੇ ਵੱਡੇ ਕੰਮ ਕੀਤੇ। ਸਤਿਗੁਰੂ ਜੀ ਦੀ ਜ਼ਿੰਦਗੀ ਨੂੰ ਦੇਖੀ ਤਾਂ ਸਹੀ, ਸਿਰਫ 42 ਸਾਲ ਦੀ ਏਜ ਹੈ, ਸਿਰਫ 42 ਸਾਲ ਦੇ ਵਿੱਚ ਗੁਰੂ ਨਾਨਕ ਦੀ ਗੁਰਗੱਦੀ ਦੇ ਉੱਤੇ ਸੁਭਾਏਮਾਨ ਹੋ ਕੇ ਦੁਨੀਆਂ ਤੇ ਕਿਰਪਾ ਕਰਦੇ ਨੇ, ਸ੍ਰੀ ਆਦਿ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦੇ ਨੇ, ਹਰਿਮੰਦਰ ਸਾਹਿਬ ਬਣਾਉਂਦੇ ਨੇ, ਰਾਮ ਦਰਸਾ ਸਰੋਵਰ ਬਣਾਉਂਦੇ ਨੇ, ਤਰਨ ਤਰਨ ਸ਼ਹਿਰ ਬਣਾਉਂਦੇ ਨੇ, ਸ਼ੇਰਟਾ ਸਾਹਿਬ ਜਿਹਨੂੰ ਸ਼ੇਰਟਾ ਸਾਹਿਬ ਕਹਿੰਦੇ ਨੇ, 6 ਹਲਟਾਂ ਵਾਲਾ ਉੱਥੇ ਖੂਹ ਬਣਾਇਆ। ਕਿੰਨਾ ਕੁਝ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ। ਹੋਰ ਸਭ ਨੂੰ ਵੱਡੀ ਕਿਰਪਾ ਕੀ ਕਰਦੇ ਨੇ, ਜਦ ਉਹਨਾਂ ਦੇ ਦੋ ਮੁੱਖ ਰਾਗੀ ਰੁੱਸ ਜਾਂਦੇ ਨੇ ਨਾ ਪੈਸੇ ਕਰਕੇ, ਸੱਤਾ ਦੇ ਵਲਮੰਡਾ, ਸਾਨੂੰ ਸੱਚੇ ਪਾਤਸ਼ਾਹ ਆਪ ਸਰੰਦਾ ਲੈ ਕੇ ਕੀਰਤਨ ਕਰਨ ਦੀ ਪ੍ਰਥਾ ਚਾਲੂ ਕਰਦੇ ਨੇ, ਆਪਣੇ ਹੱਲ ਪਾਉਣ ਵਾਲੇ ਕਿਰਤ ਕਰਨ ਵਾਲੇ ਸਿੱਖਾਂ ਨੂੰ ਹੱਥਾਂ ਵਿੱਚ ਸਰੰਦਾ ਦਿੰਦੇ ਨੇ, ਸਾਜ ਦਿੰਦੇ ਨੇ, ਕਹਿੰਦੇ ਆਓ ਬੈਠੋ ਕਰੋ ਕੀਰਤਨ, ਕਰ ਕੀਰਤਨ ਹੋਏ ਉਧਾਰਾ। ਇਹ ਪ੍ਰਥਾ ਚਲਾਉਣ ਵਾਲੇ ਏਡੇ ਮਹਾਨ ਸਤਿਗੁਰੂ ਜੀ, ਏਡੀ ਮਹਾਨ ਸ਼ਹਾਦਤ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ, ਤੇ ਉਹ ਸ਼ਹਾਦਤ ਨੇ ਸਿੱਖ ਧਰਮ ਦਾ ਕਨਸੈਪਟ ਚੇਂਜ ਕਰ ਦਿੱਤਾ, ਸਿੱਖ ਧਰਮ ਨੂੰ ਇੱਕ ਨਵੀਂ ਦਿਸ਼ਾ ਦੇ ਦਿੱਤੀ। ਜਿਨ੍ਹਾਂ ਹੱਥਾਂ ਦੇ ਵਿੱਚ ਮਾਲਾ ਸੀ ਸਿਰਫ, ਉਹਨਾਂ ਹੱਥਾਂ ਦੇ ਵਿੱਚ ਤਲਵਾਰ ਵੀ ਆ ਗਈ, ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਨੀਆਂ, ਤੇ ਆਹ ਉਹਨਾਂ ਦੀ ਸ਼ਹਾਦਤ ਗੁਰੂ ਅਰਜਨ ਦੇਵ ਜੀ ਨੂੰ ਯਾਦ ਕਰਕੇ ਆ ਗਿਆ। ਉਹ ਜੀ ਸਿੱਖੀ ਸਿਦਕ ਨਵਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀ ਨਾ, ਸਿੱਖੀ ਸਿਦਕ ਨਵਾਉਣ ਦੀਆਂ ਮੰਜ਼ਲਾਂ ਨੇ ਦੂਰ ਭੁੱਲ ਜਾਵੀ ਨਾ।
ਭਾਈ ਗੁਰਦਾਸ ਜੀ ਨੇ ਬਹੁਤ ਸਾਰੀ ਬਾਣੀ ਲਿਖੀ, ਉਹਨਾਂ ਦੀਆਂ ਵਾਰਾਂ ਨੇ ਤੇ ਉਹਨਾਂ ਦੀ ਬਾਣੀ ਨੂੰ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਆਦਿ ਗ੍ਰੰਥ ਸਾਹਿਬ ਦੇ ਵਿੱਚ ਦਰਜੇ ਨਹੀਂ ਕੀਤਾ। ਕਿਸੇ ਸਿੱਖ ਨੇ ਅਰਜ਼ੀ ਕੀਤੀ ਸੱਚੇ ਪਾਤਸ਼ਾਹ ਭਾਈ ਗੁਰਦਾਸ ਜੀ ਦੀ ਬਾਣੀ ਤੁਸੀਂ ਦਰਜੇ ਨਹੀਂ ਕੀਤਾ। ਸਤਿਗੁਰਾਂ ਆਖਿਆ ਇਹ ਗੁਰਬਾਣੀ ਭਾਈ ਗੁਰਦਾਸ ਜੀ ਦੀ ਬਾਣੀ ਬਾਣੀ ਦੀ ਪੂੰਜੀ ਹੈ, ਗੁਰਬਾਣੀ ਦੀ ਪੂੰਜੀ ਹੈ। ਤੇ ਅੱਜ ਵੀ ਟਕਸਾਲਾਂ ਦੇ ਵਿੱਚ ਜਿੱਥੇ ਵੀ ਬਾਣੀ ਦੀ ਸੰਥਿਆ ਦਿੱਤੀ ਜਾਂਦੀ ਹੈ, ਗੁਰਬਾਣੀ ਦੀ ਸੰਥਿਆ ਤੋਂ ਪਹਿਲਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹਾਇਆ ਜਾਂਦਾ ਹੈ ਤਾਂ ਕਿ ਗੁਰੂ ਸਾਹਿਬ ਦੀ ਬਾਣੀ ਨੂੰ ਸਮਝ ਸਕੇ, ਸਰਲ ਕੀਤਾ ਜਾਂਦਾ ਹੈ, ਸਰਲ ਹੋ ਜਾਂਦੀ ਹੈ। ਸੋ ਐਸੇ ਸਤਿਗੁਰੂ ਨੂੰ ਆਪਣੇ ਸਤਿਗੁਰ ਕੇ ਬਲੇ ਹਾਰਾ ਆ ਗਿਆ ਸੁੱਖ
ਪਾਛਾ ਸੁਖ ਸਹਿਜਾ ਘਰ ਆਨੰਦ ਹਮਾਰੇ ਸਭ ਕਹਿ ਕੇ ਆਗੋ ਧੰਨ ਸ੍ਰੀ ਸਤਿਗੁਰੂ ਦੇ ਸ੍ਰੀ ਸੱਚੇ ਸਤਿ ਸ੍ਰੀ ਅਕਾਲ।